ਉਹ ਗੱਡੀ ਕਿੰਨੀ ਛੇਤੀ ਪਹੁੰਚ ਜਾਣੀ ਆ ਰਾਈਟ ਠੀਕ ਆ ਹਾਂਜੀ ਸਰੋਤੇ ਆ ਜੀ ਸਾਡੇ ਨਾਲ ਕਹਾ ਸਵਾਗਤ ਹੈ ਜੀ ਤੁਹਾਡਾ ਹੈਲੋ ਵੀਰ ਜੀ ਤੁਸੀਂ ਆਉਂਦੇ ਰਹੋ ਜੀ ਹਾਂਜੀ ਤੁਸੀਂ ਆਉਂਦੇ ਰਹੋ ਜੀ ਸਰੋਤੇ ਸੁਣਦੇ ਆ ਤੁਹਾਨੂੰ ਹਾਂਜੀ ਤੁਸੀਂ ਮੈਨੂੰ ਲਾਇਆ ਵਾ ਕਾਲ ਜਾਂ ਹਾਂਜੀ 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 ਸੁਖਵਿੰਦਰ ਸਿੰਘ ਜੀ ਤੁਹਾਡੇ ਨਾਲ ਗੱਲ ਕਰਦੇ ਆ ਤੁਸੀਂ ਆਉਂਦੇ ਰਹੋ ਸਰੋਤੇ ਸੁਣਦੇ ਆ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਕਿ ਮੈਂ ਛਿੰਦੇ ਨੂੰ ਤੇ ਸੋਢੀ ਨੂੰ ਜਾਣਦਾ ਕਿੱਦਾਂ ਠੀਕ ਹੈ ਜੀ ਕਿ ਜਿਹੜਾ ਛਿੰਦਾ ਜਿਹਨੇ ਸੋਢੀ ਦਾ ਕਤਲ ਕੀਤਾ ਹੈਗਾ ਹਾਂਜੀ ਇਸ ਮੇਰੀ ਭਾਜੀ ਇਸ ਟਾਈਮ ਮੇਰੀ ਉਮਰ ਹੈਗੀ 56 ਸਾਲ ਠੀਕ ਹੈ ਜੀ ਤੇ ਮੈਂ 21 ਸਾਲ ਦੀ ਉਮਰ ਦੇ ਵਿਚ ਕਪੂਰਥਲੇ ਤੋਂ ਪੁਲਿਸ ਨੇ ਮਤਲਬ ਭਗੌੜਾ ਹੋ ਗਿਆ ਸੀਗਾ ਇੱਥੋਂ ਮੈਂ ਠੀਕ ਹੈ ਜੀ ਰੀਜ਼ਨ ਇਹ ਸੀਗਾ ਕਿ ਭਿੰਡਰਾਂ ਵਾਲੇ ਦੇ ਕਰਕੇ ਤੁਹਾਨੂੰ ਪਤਾ ਉਦੋਂ ਸਿੱਖ ਮੁੰਡਿਆਂ ਦੇ ਨਾਲ ਜਿੰਨਾ ਵੀ ਹੁੰਦਾ ਸੀਗਾ ਉਹਦੇ ਵਿਚ ਮੈਨੂੰ ਵੀ ਭਗੌੜਾ ਹੋਣਾ ਪਿਆ ਹਾਲਾਂਕਿ ਮੈਂ ਸਿਰ ਤੋਂ ਸਿੱਖ ਨੀ ਸੀਗਾ ਵਾਲ ਨੀ ਸੀ ਰੱਖੇ ਮੋਨਾ ਸੀਗਾ ਮੈਂ ਠੀਕ ਹੈ ਜੀ ਪਰ ਜੱਟਾਂ ਦੇ ਘਰ ਜੰਮੇ ਸੀਗੇ ਸਿੱਖ ਫੈਮਿਲੀਆਂ ਚ ਪੁਲਿਸ ਦੇ ਧੱਕੇ ਦਾ ਮਤਲਬ ਸ਼ਿਕਾਰ ਹੋ ਗਏ ਹਾਂਜੀ ਇਥੋਂ ਮਤਲਬ ਭੱਜ ਕੇ ਮੈਂ ਵੀ ਦਰਬਾਰ ਸਾਹਿਬ ਜਾ ਕੇ ਲੁਕਿਆ ਗੁਰੂ ਰਾਮਦਾਸ ਰਾਂ ਦੇ ਵਿਚ ਅਪ੍ਰੈਲ 1983 ਦੇ ਵਿਚ ਠੀਕ ਹੈ ਜੀ ਉਹਨਾਂ ਉਦੋਂ ਬਾਅਦ ਮਤਲਬ ਜਦੋਂ ਭਗੌੜੇ ਵਾਲੀ ਲਾਈਫ ਹੋ ਗਈ ਥੋੜੇ ਦਿਨਾਂ ਬਾਅਦ ਹੀ ਉਹ ਛਿੰਦਾ ਜਿਹੜਾ ਜਿਹਨੇ ਸੋਢੀ ਨੂੰ ਮਾਰਿਆ ਉਹਦੀ ਸਾਡੇ ਗਾਂ ਦੀ ਗੱਲ ਲਿੰਕ ਦੇ ਵਿਚ ਵਾਕਫੀ ਹੁੰਦੀ ਗਰਾਇਆਂ ਦੇ ਵਿਚੋਂ ਛਿੰਦੇ ਨਾਲ ਵੀ ਵਾਕਫੀ ਹੋ ਗਈ ਹਾਂ ਛਿੰਦੇ ਦਾ ਪਿੰਡ ਜਗਪਾਲਪੁਰ ਸੀ ਨਾ ਮੇਰਾ ਖਿਆਲ ਹਾਂਜੀ ਹਾਂਜੀ ਠੀਕ ਆ ਹਾਂਜੀ ਛਿੰਦੇ ਦਾ ਪਿੰਡ ਜਗਪਾਲਪੁਰ ਫਗਵਾੜੇ ਦੇ ਕੋਲ ਹੈ ਗਰਾਇਆਂ ਦੇ ਵਿਚ ਟਰਾਂਸਪੋਰਟ ਕੰਪਨੀ ਸੀ ਨਾਰਦਨ ਕੈਰੀਅਰ ਉੱਥੇ ਆਉਂਦੇ ਜਾਂਦੇ ਹੁੰਦੇ ਸੀ ਤੇ ਅਸੀਂ ਵੀ ਉੱਥੇ ਆਉਂਦੇ ਜਾਂਦੇ ਹੁੰਦੇ ਸੀ ਠੀਕ ਆ ਜੀ ਉਦੋਂ ਜਿਹੜਾ ਛਿੰਦਾ ਵਾ ਹਾਲੀ ਗੁਰੂ ਰਾਮਦਾਸ ਰਾਂਚ ਨਹੀਂ ਸੀ ਆਇਆ ਹਾਂਜੀ ਜਿਹੜਾ ਛਿੰਦਾ ਸੀਗਾ ਨਾ ਇਹਦਾ ਕੰਮ ਸੀਗਾ ਇਹ ਡੋਡੇ ਵੇਚਦਾ ਹੁੰਦਾ ਸੀਗਾ ਹਾਂਜੀ ਤੇ ਜਿਹੜਾ ਇਹ ਸੋਢੀ ਹੈਗਾ ਸੋਢੀ ਜਦੋਂ ਹਾਲੀ ਭਿੰਡਰਾਂ ਵਾਲੇ ਨੂੰ ਨਹੀਂ ਸੀ ਮਿਲਿਆ ਉਦੋਂ ਹਾਲੀ ਇਹ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਦੇ ਕੋਲ ਹੁੰਦਾ ਸੀਗਾ ਇਹ ਸੋਢੀ ਜਿਹੜਾ ਠੀਕ ਆ ਲਾਲੀ ਦੇ ਨੇੜੇ ਰਿਹਾ ਠੀਕ ਆ ਹਾਂਜੀ ਹਾਂਜੀ ਇਹਦਾ ਇੱਥੇ ਕੋਈ ਝਗੜਾ ਝੁਗੜਾ ਹੋਇਆ ਸੀ ਸੋਢੀ ਦਾ ਉਦੋਂ ਤੇ ਉਦੋਂ ਪੁਲਿਸ ਨੇ ਇਹਦੇ ਉੱਤੇ ਇੱਕ 25-53 ਦਾ ਕੇਸ ਅਸਲੇ ਦਾ ਕੇਸ ਤੇ ਇੱਕ ਕੋਈ ਕਾਰ ਚੋਰੀ ਵਗੈਰਾ ਦਾ ਕੇਸ ਬਣਾ ਕੇ ਜੇਲ੍ਹ ਭੇਜ ਦਿੱਤਾ ਸੀਗਾ ਠੀਕ ਹੈ ਜੀ ਜੇਲ੍ਹ ਦੇ ਵਿਚ ਹੀ ਛਿੰਦਾ ਤੇ ਸੋਢੀ ਜਿਹੜੇ ਆ ਇੱਕ ਦੂਜੇ ਦੇ ਦੋਸਤ ਬਣੇ ਸੀ ਉਸ ਤੋਂ ਬਾਅਦ ਸੋਢੀ ਜਿੱਦਾਂ ਬਾਹਰ ਆ ਕੇ ਰਿਹਾ ਹੋ ਗਿਆ ਉਹ ਚਲਾ ਗਿਆ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਦੇ ਕੋਲ ਉੱਥੋਂ ਕਰਦਾ ਕਰਦਾ ਹੌਲੀ ਹੌਲੀ ਉਹ ਭਿੰਡਰਾਂ ਵਾਲੇ ਕੋਲ ਪਹੁੰਚ ਗਿਆ ਠੀਕ ਹੈ ਜੀ ਜਿਹੜਾ ਛਿੰਦਾ ਸੀਗਾ ਇਹ ਵੀ ਆਪਣੀਆਂ ਜੇਲਾਂ ਤੋਂ ਰਿਹਾਰੂ ਹੋ ਕੇ ਇਹ ਵੱਖਰਾ ਆਪਣਾ ਗਰਾਇਆਂ ਵਾਲੀ ਸਾਈਡ ਚਲਾ ਗਿਆ ਇਹਨੇ ਆਪਣਾ ਡੋਡਿਆਂ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਇਧਰੋਂ ਮੈਂ ਭਗੌੜਾ ਹੋਇਆ ਸੀਗਾ ਮੈਂ ਗੁਰੂ ਰਾਮਦਾਸ ਰਾਂ ਦੇ ਵਿਚ 195 ਨੰਬਰ ਕਮਰੇ ਵਿਚ ਪਹੁੰਚ ਗਿਆ ਠੀਕ ਹੈ ਜੀ ਉੱਥੇ ਹੋਰ ਵੀ ਸਾਡੇ ਏਰੀਏ ਦੇ ਮਤਲਬ ਹੋਰ ਵੀ ਮੁੰਡੇ ਜਿਹੜੇ ਭਗੌੜੇ ਸੀਗੇ ਉਹ ਵੀ ਉੱਥੇ ਸੀਗੇ ਹਾਂਜੀ ਉਹ ਹਾਂ ਅਪ੍ਰੈਲ ਤੇ ਮੈਂ ਉੱਥੇ ਗਿਆ ਵਾ ਮਈ ਜੂਨ ਜੁਲਾਈ 1983 ਦੇ ਵਿਚ ਜਿਹੜਾ ਇਹ ਭਿੰਡਰਾਂ ਵਾਲੇ ਨੂੰ ਉੱਥੋਂ ਕੱਢਿਆ ਬੱਬਰਾਂ ਨੇ ਨਾਨਕ ਨਿਵਾਸ ਤੋਂ ਹਾਂਜੀ ਕਿਉਂਕਿ ਜਿਹੜੇ ਭਿੰਡਰਾਂ ਵਾਲੇ ਦੇ ਬੰਦੇ ਸੀਗੇ ਇਹ ਕੀ ਕਰਦੇ ਸੀ ਰੋਜ਼ ਹੀ ਮਤਲਬ ਕੋਈ ਬੈਂਕ ਲੁੱਟ ਲਾ ਕੇ ਕਿਸੇ ਨੂੰ ਲੁੱਟ ਲਾ ਕੇ ਕਿਸੇ ਨੂੰ ਮਾਰਦੇ ਭੱਜ ਕੇ ਦਰਬਾਰ ਸਾਹਿਬ ਚ ਬੜੇ ਆਉਂਦੇ ਹੁੰਦੇ ਸੀਗੇ ਜਿਹੜੇ ਬੱਬਰ ਸੀਗੇ ਉਹ ਇਸ ਗੱਲ ਤੋਂ ਬੜੇ ਦੁਖੀ ਸੀਗੇ ਕਿ ਇਹ ਤੇ ਪਹਿਲੀ ਗੱਲ ਤਾਂ ਜਦੋਂ 1978 ਦੇ ਵਿਚ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਅਰਦਾਸ ਕੀਤੀ ਸੀ ਇਹਨਾਂ ਨੇ ਮੰਜੀ ਹਾਲ ਤੋਂ ਨਿਰੰਕਾਰੀ ਸੰਮੇਲਨ ਵੱਲ ਜਾਣ ਵਾਸਤੇ ਇਹ ਗਏ ਤੇ ਸਾਰੇ ਇਕੱਠੇ ਸੀਗੇ ਮੰਜੀ ਹਾਲ ਤੋਂ ਪਰ ਭਿੰਡਰਾਂ ਵਾਲਾ ਜਿਹੜਾ ਰਸਤੇ ਚੋਂ ਕਿਤੋਂ ਗਾਇਬ ਹੋ ਗਿਆ ਸੀਗਾ ਇਹ ਮੌਕੇ ਤੇ ਟਿਕਾਣੇ ਤੇ ਪਹੁੰਚਿਆ ਨੀ ਸੀਗਾ ਉਸ ਜਗ੍ਹਾ ਦੇ ਉੱਤੇ ਜਿੱਥੇ ਉਹ 13 ਸਿੰਘ ਮਾਰੇ ਗਏ ਸੀਗੇ 14 ਉਹ ਹੁਣ ਜਿਹੜਾ ਭਿੰਡਰਾਂ ਵਾਲਾ ਜਦੋਂ ਇਹ ਬੱਬਰ ਜਿਹੜੇ ਸੀਗੇ ਇਹਨਾਂ ਅਖੰਡ ਕੀਰਤਨੀ ਜਥਾ ਨੇ ਬੱਬਰ ਖਾਲਸਾ ਬਣਾ ਲਿਆ ਤੇ ਇਹ ਕਹਿੰਦੇ ਸੀ ਅਕਾਲ ਰੈਸਟ ਹਾਊਸ ਦੇ ਵਿਚ ਜਿਹੜਾ ਗੁਰੂ ਰਾਮਦਾਸ ਰਾਂ ਦੇ ਨਾਲ ਹੀ ਲੱਗਦਾ ਹੈਗਾ ਹਾਂਜੀ ਇਹਨਾਂ ਨੇ ਦੇਖਿਆ ਸੁਖਦੇਵ ਸਿੰਘ ਬੱਬਰ ਨੇ ਵੀ ਇਹ ਭਿੰਡਰਾਂ ਵਾਲੇ ਦੇ ਬੰਦੇ ਜਿਹੜੇ ਆ ਰੋਜ਼ ਹੀ ਉੱਥੇ ਕੋਈ ਨਾ ਕੋਈ ਕਾਂਡ ਕਰਕੇ ਅੰਦਰ ਵੜਿਆਂਦੇ ਆ ਸਵੇਰੇ ਅਖਬਾਰਾਂ ਦੀ ਖ਼ਬਰ ਇਹੀ ਹੁੰਦੀ ਆ ਕਿ ਉੱਥੇ ਡਾਕਾ ਪੈ ਗਿਆ